एक टीवी चैनल नूं फास्टवे केबल उत्ते बंद करन दे रोह वजों बैंस भरा ते कुछ पत्रकार फास्टवे कंपनी दे दफ्तर अगे प्रदर्शन करन लई पहुंचे सन कि पुलिस वल्लों प्रदर्शनकारियों उत्ते लाठी चार्ज कर दिता गया। लाठी चार्ज विच सिमरजीत सिंह बैंस की पग तक उतर गई ते कपड़े फाड़ दिते गए। टीम इंसाफ फास्टवे दे दफ्तर अगे कालियां पट्टियां बन के प्रदर्शन कर रही सी। ਇੱਥੇ ਦੱਸ ਦਈਏ ਕਿ ਇੱਕ ਚੈਨਲ ਉੱਤੇ ਸਿਮਰਜੀਤ ਸਿੰਘ ਬੈਂਸ ਦੀ ਇੰਟਰਵਿਊ ਕੀਤੀ ਗਈ ਸੀ, ਜਿਸ ਮਗਰੋਂ ਅਗਲੇ ਦਿਨ ਹੀ ਕੇਬਲ ਵਿੱਚ ਇਸ ਚੈਨਲ ਨੂੰ ਬੰਦ ਕਰ ਦਿੱਤਾ ਗਿਆ। ਇਸੇ ਲਈ ਟੀਮ ਇਨਸਾਫ ਦੀ ਟੀਮ ਤੇ ਪੱਤਰਕਾਰ ਫਾਸਟਵੇ ਦੇ ਦਫ਼ਤਰ ਅੱਗੇ ਪ੍ਰਦਰਸ਼ਨ ਕਰਨ ਦੇ ਲਈ ਪਹੁੰਚੇ ਸਨ। ਇੰਟਰਵਿਊ ਵਿੱਚ ਕੀਤੇ ਗਏ ਖੁਲਾਸਿਆਂ ਨੂੰ ਬਲਵਿੰਦਰ ਸਿੰਘ ਬੈਂਸ ਮਹਿਜ਼ ਇੱਕ ਟ੍ਰੇਲਰ ਵਜੋਂ ਦੱਸ ਰਹੇ ਨੇ। ਬਲਵਿੰਦਰ ਸਿੰਘ ਬੈਂਸ ਨੇ ਕਿਹਾ ਕਿ ਜੇਕਰ ਇੱਕ ਟ੍ਰੇਲਰ ਮਗਰੋਂ ਹੀ ਬਾਦਲ ਸਰਕਾਰ ਦਾ ਇਹ ਹਾਲ ਹੋ ਗਿਆ ਤਾਂ 2017 ਤੋਂ ਬਾਅਦ ਪੂਰੀ ਫਿਲਮ ਦੇਖਣ ਮਗਰੋਂ ਕੀ ਹੋਵੇਗਾ। ਲੋਕਤੰਤਰ ਦਾ ਜਿਹੜਾ ਸਾਰਿਆਂ ਤੋਂ ਮਜ਼ਬੂਤ ਪਿੱਲਰ ਹੁੰਦਾ ਉਹ ਹੁੰਦਾ ਪ੍ਰੈਸ ਦੀ ਆਜ਼ਾਦੀ, ਅਤੇ ਅੱਜ ਮੈਨੂੰ ਦੁੱਖ ਅਤੇ ਅਫਸੋਸ ਹੈ ਕਿ ਹੰਕਾਰ 'ਚ ਆਏ ਹੋਏ ਬਾਦਲ ਪਰਿਵਾਰ ਨੇ ਜਿਹੜਾ ਬਹੁਤ ਵਧੀਆ ਪੰਜਾਬੀਆਂ ਦਾ ਪਿਆਰਾ ਚੈਨਲ ਹੈ ਜੀ ਪੰਜਾਬੀ, ਵੀ ਉਸ ਚੈਨਲ ਦਾ ਇਹਨਾਂ ਨੇ ਬਲੈਕਆਊਟ ਕਰਤਾ। ਉਹਦਾ ਕਾਰਨ ਕੀ ਹੈ ਕਿ ਉਸ ਚੈਨਲ ਨੇ ਇੱਕ ਛੋਟੀ ਜਿਹੀ ਇੰਟਰਵਿਊ ਜਿਹੜੀ ਸਰਕਾਰ ਦੇ ਪਰਦੇ ਨੰਗੇ ਕਰਦੀ ਸੀ ਅਤੇ ਸੱਚ ਨੂੰ ਉਜਾਗਰ ਕਰਦੀ ਸੀ, ਉਹਦਾ ਉਸ ਇੰਟਰਵਿਊ ਕਰਕੇ ਇਹਨਾਂ ਨੇ ਬਲੈਕਆਊਟ ਕੀਤਾ। ਮੈਂ ਸਰਕਾਰ ਨੂੰ ਬਾਦਲ ਪਰਿਵਾਰ ਨੂੰ ਆਹ ਗੱਲ ਦੱਸਣਾ ਚਾਹੁੰਦਾ ਕਿ ਹਜੇ ਤਾਂ ਜਿਵੇਂ ਫਿਲਮ ਆਉਣ ਤੋਂ ਪਹਿਲਾਂ ਬਈ ਫਿਲਮ ਦੇ ਪੋਸਟਰ ਲੱਗਦੇ ਹੈ ਅਤੇ ਕਈ ਫਿਲਮਾਂ 'ਚ ਉਹਦੀ ਮਸ਼ਹੂਰੀ ਦਿਖਾਈ ਜਾਂਦੀ ਹੈ, ਹਜੇ ਤਾਂ ਸਿਰਫ ਟ੍ਰੇਲਰ ਆਏ, ਤਾਂ ਹਜੇ ਜੇ ਤੁਸੀਂ ਟ੍ਰੇਲਰ ਤੋਂ ਹੀ ਇੰਨਾ ਡਰ ਗਏ ਤਾਂ ਫਿਰ ਫਿਲਮ ਕਿਵੇਂ ਦੇਖੋਗੇ।